ਫਿਰੋਜ਼ਪੁਰ ਐਕਸਾਈਜ਼ ਵਿਭਾਗ ਅਤੇ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ। ਐਕਸਾਈਜ਼ ਵਿਭਾਗ ਤੇ ਪੁਲਿਸ ਦੇ ਜੁਆਇੰਟ ਆਪਰੇਸ਼ਨ ਦੇ ਵਿੱਚ ਚਾਂਦੀਵਾਲਾ ਹਬੀਬ ਕੇ ਅਲੀ ਕੇ ਚੁਗੇ ਨਿਹੰਗਾਂ ਵਾਲੇ ਸਤਲੁਜ ਦਰਿਆ ਵਿੱਚ ਰੇਡ ਕੀਤੀ ਗਈ। 91 ਤਰਪਾਲਾਂ, 30 ਡਰੰਮ, 19 ਪਤੀਲੇ, 3 ਟਿਊਬਾਂ ਨਜਾਇਜ਼ ਸ਼ਰਾਬ, 4 ਚਾਲੂ ਭੱਠੀਆਂ, ਕੁੱਲ 1,80,000 ਲੀਟਰ ਲਾਣ ਬਰਾਮਦ ਕੀਤੀ ਗਈ। ਲੇਕਿਨ ਮੌਕੇ ਤੋਂ ਸ਼ਰਾਬ ਤਸਕਰ ਭੱਜ ਗਏ। ਸਤਲੁਜ ਵਿੱਚ ਕਿਸ਼ਤੀ ਦੇ ਜ਼ਰੀਏ ਪੁਲਿਸ ਔਰ ਐਕਸਾਈਜ਼ ਵਿਭਾਗ ਰੇਡ ਕਰਦੇ ਹਨ। ਉੱਥੇ ਹੀ ਇਹ ਸਾਰੀ ਜਾਣਕਾਰੀ ਐਕਸਾਈਜ਼ ਵਿਭਾਗ ਇੰਸਪੈਕਟਰ ਗੁਰਬਖਸ਼ ਸਿੰਘ ਨੇ ਦਿੱਤੀ ਕਿ ਸਵੇਰ ਤੋਂ ਲੈ ਕੇ ਸਵੇਰ ਤੱਕ ਇਹ ਰੇਡ ਚੱਲਦੀ ਰਹੀ। ਜੇ ਨਿਊਜ਼ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ। ਇਹ ਜਿਹੜੀ ਅੱਜ ਰੇਡ ਜਿਹੜੀ ਹੈ ਫਿਰੋਜ਼ਪੁਰ ਦੇ ਨਾਲ ਲੱਗਦੇ ਦਰਿਆ ਸਤਲੁਜ ਦਰਿਆ ਦੇ ਵਿੱਚ ਰੇਡ ਅੱਜ ਕੀਤੀ ਗਈ ਹੈ। ਇਹ ਰੇਡ ਕੱਲ੍ਹ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਐਕਸਾਈਜ਼ ਸਰਦਾਰ ਜਸਕਰਨ ਸਿੰਘ ਬਰਾੜ ਜੀ ਅਤੇ ਸਾਡੇ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਫਿਰੋਜ਼ਪੁਰ ਰੇਂਜ, ਉਹਨਾਂ ਵੱਲੋਂ ਕੱਲ੍ਹ ਮੇਰੇ ਸਪੈਸ਼ਲ ਔਰਡਰ ਕੀਤੇ ਗਏ ਸੀਗੇ ਕਿ ਕੱਲ੍ਹ ਅਚਨਚੇਤ ਰੇਡ ਜਿਹੜੀ ਹੈ ਉਹ ਦਰਿਆ 'ਤੇ ਕੀਤੀ ਜਾਣੀ ਹੈ। ਉਹ ਜ਼ਰੂਰੀ ਹੈ ਕਿਉਂਕਿ ਉਹ 'ਤੇ ਕੋਈ ਉਹਨਾਂ ਨੂੰ ਇਨਫੋਰਮੇਸ਼ਨ ਪ੍ਰਾਪਤ ਹੋਈ ਸੀਗੀ, ਜਿਸ ਦੌਰਾਨ ਅੱਜ ਫਿਰੋਜ਼ਪੁਰ ਦੇ ਨਾਲ ਲੱਗਦੇ ਦਰਿਆ ਸਤਲੁਜ ਦਰਿਆ ਦੇ ਉੱਤੇ ਨਾਲ ਲੱਗਦੇ ਪਿੰਡ ਚਾਂਦੀਵਾਲਾ, ਹਬੀਬਵਾਲਾ, ਅਲੀ ਕੇ, ਝੁੱਗੇ ਨਿਹੰਗਾਂ ਵਾਲੇ ਦੇ ਵਿੱਚ ਏਰੀਏ ਦੇ ਵਿੱਚ ਅੱਜ ਜਿਹੜੀ ਹੈ ਉਹ ਰੇਡ ਕੀਤਾ ਗਿਆ। ਇਹ ਅੱਜ ਰੇਡ 4:30 ਵਜੇ ਸਵੇਰੇ ਸਟਾਰਟ ਕੀਤਾ ਗਿਆ। ਅਤੇ ਕੀ ਫੜਿਆ ਗਿਆ ਉੱਥੇ? ਇਹਦੇ ਵਿੱਚ ਅੱਜ ਜਿਹੜੀ ਆਪਣਾ ਸਵੇਰ 4:30 ਵਜੇ ਤੋਂ ਲੈ ਕੇ 3:30 ਵਜੇ ਤੱਕ ਜਿਹੜੀ ਇਹ ਰੇਡ ਜਿਹੜੀ ਉਹ ਕੀਤੀ ਗਈ ਹੈ, ਜਿਸ ਦੌਰਾਨ ਸਾਨੂੰ 91 ਤਰਪਾਲਾਂ ਜਿਹੜੀਆਂ ਹੈਗੀਆਂ ਉਹ ਲਾਣ ਦੀਆਂ ਸਾਨੂੰ ਡਿੱਗੀਆਂ ਦੇ ਵਿੱਚੋਂ ਬਰਾਮਦ ਹੋਈਆਂ। ਇਸ ਤੋਂ ਇਲਾਵਾ 30 ਡਰੰਮ ਜਿਹੜੇ ਆ ਉਹ ਬਰਾਮਦ ਹੋਏ ਹੈ, ਚਾਲੂ ਭੱਠੀਆਂ 4 ਬਰਾਮਦ ਹੋਈਆਂ ਅਤੇ 3 ਟਿਊਬਾਂ ਜਿਹੜੀਆਂ ਉਹ ਜਿਹੜੀ ਨਜਾਇਜ਼ ਸ਼ਰਾਬ ਜਿਹਦੇ ਵਿੱਚ ਸੀਗੀ ਉਹ 600 ਬੋਤਲ ਜਿਹੜੀ ਸੀਗੀ ਉਹ ਗੰਦ ਮਤਲਬ ਅੱਜ ਬਰਾਮਦ ਹੋਈ ਹੈ। ਕਿੰਨੇ ਲੀਟਰ ਦਾਰੂ ਟੋਟਲ ਵੇਚੀ ਹੈ? ਟੋਟਲ ਜਿਹੜੀ ਹੈ 1,80,000 ਲੀਟਰ ਲਾਣ ਅਤੇ 600 ਬੋਤਲ ਸ਼ਰਾਬ ਦੀ ਜਿਹੜੀ ਉਹ ਅੱਜ ਨਜਾਇਜ਼ ਜਿਹੜੀ ਉਹ ਬਰਾਮਦ ਹੋਈ ਹੈ। ਕੋਈ ਡਰੰਮ ਵਗੈਰਾ ਵੀ ਸੀ? 30 ਡਰੰਮ ਅੱਜ ਜਿਹੜੇ ਉਹ ਬਰਾਮਦ ਹੋਏ ਹੈ, 91 ਤਰਪਾਲਾਂ ਬਰਾਮਦ ਹੋਈਆਂ ਅਤੇ 19 ਜਿਹੜੇ ਪਤੀਲੇ ਆ ਜਿਹੜੇ ਚਰਵੇ ਜਿਹਨਾਂ ਨੂੰ ਕਹਿੰਦੇ ਆ ਜਿਹਨਾਂ ਦੀ ਸ਼ਰਾਬ ਕੱਢਦੇ ਆ ਉਹ ਬਰਾਮਦ ਹੋਏ ਆ। ਅਤੇ ਕੋਈ ਫੜਿਆ ਵੀ ਗਿਆ ਤਸਕਰ? ਇਹ ਅੱਜ ਜਿਹੜੀਆਂ 4 ਭੱਠੀਆਂ ਜਿਹੜੀਆਂ ਚਾਲੂ ਸੀਗੀਆਂ ਜਿਹੜੀਆਂ ਉਹ ਫੜੀਆਂ ਗਈਆਂ, ਪਰ ਜਦੋਂ ਅਸੀਂ ਬੋਰਡ ਦੇ ਉੱਤੇ ਜਾ ਰਹੇ ਸੀਗੇ ਤਾਂ ਉਹ ਸਾਨੂੰ ਦੇਖ ਕੇ ਜਿਹੜੇ ਦੌੜ ਗਏ, ਅੱਜ ਫੜੇ ਨਹੀਂ ਗਏ ਬੰਦੇ। ਇਸ ਕਰਕੇ ਜਿਹੜੀ ਅਨਕਲੇਮਡ ਹੋਣ ਕਰਕੇ ਮੌਕੇ 'ਤੇ ਜਿਹੜੀ ਉਹ ਸ਼ਰਾਬ ਵੀ ਡਿਸਟਰਾਏ ਕਰ ਦਿੱਤੀ ਗਈ ਹੈ ਅਤੇ ਜਿਹੜੀ 1,80,000 ਲੀਟਰ ਲਾਣ ਸੀਗੀ ਜਿਹੜੀ ਉਹ ਵੀ ਸਾਰੀਆਂ ਤਰਪਾਲਾਂ ਦੇ ਵਿੱਚੋਂ ਡਿਸਟਰਾਏ ਕਰ ਦਿੱਤੀ ਗਈ ਹੈ ਤਾਂ ਕਿ ਇਹਦਾ ਕੋਈ ਮਿਸਯੂਜ਼ ਨਾ ਹੋ ਸਕੇ।